प्यारे पशुपालक ਵੀਰੋ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਸਾਡਾ ਲੜੀਵਾਰ ਪ੍ਰੋਗਰਾਮ ਪਸ਼ੂ ਪਾਲਨ ਸੁਨੇਹ। ਦੋਸਤੋ ਪੰਜਾਬੀਆਂ ਨੇ ਹਰ ਖੇਤਰ ਵਿੱਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡੀਆਂ ਨੇ। ਭਾਵੇਂ ਉਹ ਖੇਤੀਬਾੜੀ ਹੋਵੇ, ਦੁੱਧਾਰੂ ਪਸ਼ੂ ਪਾਲਨ ਹੋਣ ਜਾਂ ਫਿਰ ਰਵਾਇਤੀ ਲੀਹਾਂ ਨੂੰ ਤੋੜਦੇ ਹੋਏ ਸੂਰ ਪਾਲਨ ਦੇ ਕਿਤੇ ਨੂੰ ਅਪਣਾਉਣ ਬਾਰੇ ਸੂਰ ਪਾਲਨ ਦਾ ਕਿੱਤਾ ਅੱਜ ਕੱਲ ਹਰ ਵਰਗ ਦੇ ਵਿੱਚ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ ਨਵਾਂ ਕਿੱਤਾ ਹੋਣ ਕਰਕੇ ਇਸ ਵਿੱਚ ਆਉਂਦੀਆਂ ਵੱਖ-ਵੱਖ ਮੁਸ਼ਕਲਾਂ ਬਾਰੇ ਪਸ਼ੂ ਪਾਲਕ ਵੀਰ ਸਾਨੂੰ ਪੁੱਛਦੇ ਰਹਿੰਦੇ ਨੇ ਇਸੇ ਵਿਸ਼ੇ ਵਿੱਚੋਂ ਇੱਕ ਵਿਸ਼ਾਸੀ ਸੂਰਾ ਵਿੱਚ ਮੋਖ ਸੋ ਵੱਧਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਜਿਸ ਦਾ ਨਾਮ ਹੈ ਗਿਆਨ ਵਿਗਿਆਨ ਜਿਸ ਵਿੱਚ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਗਿਆਨ ਤੇ ਵਿਗਿਆਨ ਪ੍ਰੋਗਰਾਮ ਵਿੱਚ ਅੱਜ ਆਪਾਂ ਗੱਲ ਕਰਾਂਗੇ ਸੂਰਾਂ ਵਿੱਚ ਮੋਖ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਡਾਕਟਰ ਅੰਤીર ਸਿੰਘ ਸਹਾਇਕ ਪ੍ਰੋਫੈਸਰ ਵੈਟਰਨਰੀ ਮੈਡੀਸਨ ਪਸ਼ੂ ਹਸਪਤਾਲੀ ਸਿਵਾਵਾ ਵਿਭਾਗ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਸੂਰ ਪਾਲਨ ਦਾ ਕੀਤਾ ਪੰਜਾਬ ਵਿੱਚ ਦਿਨ-ਬਦਨ ਹਰਮਨ ਪਿਆਰਤਾ ਹਾਸਿਲ ਕਰ ਰਿਹਾ ਹੈ ਜਿਵੇਂ ਜਿਵੇਂ ਕੀਤਾ ਵੱਧ ਰਿਹਾ ਹੈਗਾ ਓਵੇਂ ਓਵੇਂ ਇਸ ਵਿੱਚ ਕਈ ਮੁਸ਼ਕਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਹੈਗੀਆਂ ਇਹਨਾਂ ਮੁਸ਼ਕਲਾਂ ਵਿੱਚੋਂ ਇੱਕ ਮੁਸ਼ਕਲ ਹੈ ਸੂਰਾਂ ਵਿੱਚ ਮੋਕ ਸੋ ਡਾਕਟਰ ਸਾਹਿਬ ਸੂਰਾਂ ਦੇ ਵਿੱਚ ਜਿਹੜੀ ਮੋਕ ਲੱਗਦੀ ਹੈ ਉਸ ਨਾਲ ਕਾਫੀ ਜਿਹੜਾ ਵਾਧਾ ਰੁਕ ਜਾਂਦਾ ਹੈਗਾ ਤੇ ਜਿਹੜਾ ਸੂਰ ਪਾਲਕ ਹੁੰਦਾ ਉਹਨੂੰ ਆਰਥਿਕ ਹਾਨੀ ਹੁੰਦੀ ਹੈਗੀ ਸੋ ਇਸ ਸੂਰ ਦੇ ਵਿੱਚ ਜਿਹੜੀ ਮੋਕ ਹੈ ਇਹਦੇ ਕੀ ਕਾਰਨ ਹੁੰਦੇ ਆ ਡਾਕਟਰ ਸਾਹਿਬ ਤੇ ਇਹਦੇ ਕੀ ਕੀ ਲੱਛਣ ਨੇ ਸੂਰ ਪਾਲਕ ਵੀਰ ਇਸ ਨੂੰ ਕਿੱਦਾਂ ਰੋਕ ਸਕਦੇ ਨੇ ਸਿਆਣ ਸਕਦੇ ਨੇ ਤੁਸੀਂ ਇਸ ਬਾਰੇ ਥੋੜਾ ਜਿਆਦਾ ਚੰਨਣਾ ਪਾਓ ਸੋ ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਦੱਸਿਆ ਕਿ ਸੂਰਾਂ ਦੇ ਵਿੱਚ ਮੋਖ ਇੱਕ ਬਹੁਤ ਆਮ ਸਮੱਸਿਆ ਹੈ ਜਿਹਦੇ ਕਰਕੇ ਕੀ ਪਸ਼ੂ ਪਾਲਕ ਵੀਰਾਂ ਨੂੰ ਬਹੁਤ ਸਾਰੇ ਆਰਥਿਕ ਨੁਕਸਾਨ ਵਿੱਚ ਝੱਲਣਾ ਪੈਂਦਾ ਹੈ ਸੋ ਇਹ ਜੋ ਸਮੱਸਿਆ ਹੈ ਮੋਖ ਦੀ ਸੂਰਾਂ ਦੇ ਵਿੱਚ ਇਹਦੇ ਬਹੁਤ ਸਾਰੇ ਕਾਰਨ ਹੈਗੇ ਜੇ ਮੋٹے ਤੌਰ ਤੇ ਗੱਲ ਕਰੀਏ ਤੇ ਇਹ ਮੋਖ ਅ ਵੀਰਸ ਦੇ ਕਰਕੇ ਜਿਨੂੰ ਵਿਸ਼ਾਨੂ ਵੀ ਕਹਿ ਦਿੰਦੇ ਆ ਉਹਨਾਂ ਦੇ ਕਰਕੇ ਹੋ ਸਕਦੀ ਹੈ ਜਾਂ ਫਿਰ ਬੈਕਟੀਰੀਆ ਜੀਵਾਨੂ ਦੇ ਕਰਕੇ ਵੀ ਹੋ ਸਕਦੀ ਹੈ ਜਾਂ ਫਿਰ ਇਹਦਾ ਕਾਰਨ ਪੈਰਾਸਾਈਟ ਜਿਨ੍ਹਾਂ ਨੂੰ ਆਪਾਂ ਮਲੱਪ ਵੀ ਕਹਿ ਸਕਦੇ ਆ ਉਹਨਾਂ ਦੇ ਕਰਕੇ ਵੀ ਇਹ ਮੋਖ ਹੋ ਸਕਦੀ ਹੈ ਜੀ ਤੇ ਜੇ ਅਸੀਂ ਗੱਲ ਕਰੀਏ ਸਭ ਤੋਂ ਪਹਿਲੇ ਕੀ ਜੋ ਵਿਸ਼ਾਨੂ ਹੈਗੇ ਵਾਇਰਸ ਹੈਗੇ ਉਹ ਕਿਹੜੇ ਕਾਰਨ ਹੈਗੇ ਮੁੱਖ ਕਿਹੜੇ ਮੁੱਖ ਵਾਇਰਸ ਹੈਗੇ ਜਿਨ੍ਹਾਂ ਦੇ ਕਰਕੇ ਸੂਰਾਂ ਦੇ ਵਿੱਚ ਮੋਖ ਹੁੰਦੀ ਹੈ ਸੋ ਜੋ ਸਭ ਤੋਂ ਪਹਿਲਾ ਵਾਇਰਸ ਹੈ ਉਹ ਹੈ ਰੋਟਾ ਵਾਇਰਸ ਜੋ ਕਿ ਇੱਕ ਬਹੁਤ ਹੀ ਆਮ ਕਾਰਨ ਹੈ ਸੂਰਾਂ ਦੇ ਬੱਚਿਆਂ ਦੇ ਵਿੱਚ ਮੋਖ ਦਾ ਸੋ ਇਹ ਜੋ ਰੋਟਾ ਵਾਇਰਸ ਆਇਗਾ ਇਹ ਤਕਰੀਬਨ 1 ਹਫਤੇ ਦੀ ਉਮਰ ਦੇ ਅੰਦਰ ਅੰਦਰ ਸੂਰਾਂ ਦੇ ਬੱਚਿਆਂ ਦੇ ਵਿੱਚ ਮੋਖ ਦਾ ਕਾਰਨ ਬੰਦਾ ਹੈ ਇਹ ਜੋ ਰੋਟਾ ਵਾਇਰਸ ਹੈ ਇਹਦੇ ਅੱਗੇ 4 ਕਿਸਮਾਂ ਹੁੰਦੀਆਂ ਨੇ ਜਿਹਨੂੰ A B C ਤੇ E ਕਹਿੰਦੇ ਆ ਆਮ ਤੌਰ ਤੇ ਜੋ A ਗਰੁੱਪ ਹੈਗਾ ਵਾਇਰਸ ਦਾ ਉਹਦੇ ਕਰਕੇ ਮੋਖ ਹੁੰਦੀ ਆ ਬਟ ਬੜੀ ਵਾਰ ਇਦਾਂ ਵੀ ਹੁੰਦਾ ਹੈ ਕਿ B C ਤੇ E ਤਿੰਨੋਂ ਇਕੱਠੇ ਮਿਲ ਕੇ ਵੀ ਮੋਖ ਲਗਾ ਦਿੰਦੇ ਆ ਸੋ ਇਸ ਮੋਖ ਦੇ ਵਿੱਚ ਕੀ ਹੁੰਦਾ ਹੈ ਰੋਟਾ ਵਾਇਰਸ ਕੀ ਕਰਦਾ ਹੈ ਜੋ ਸੂਰ ਦੀਆਂ ਆਂਤੜੀਆਂ ਹੈਗੀਆਂ ਉਹਨਾਂ ਦੇ ਅੰਦਰ ਜੜੇ ਜਜ਼ਬ ਕਰਨ ਵਾਲੇ ਸੈੱਲ ਹੈਗੇ ਉਹਨਾਂ ਨੂੰ ਇਹ ਮਾਰ ਦਿੰਦਾ ਹੈ ਖਰਾਬ ਕਰ ਦਿੰਦਾ ਹੈ ਜਿੱਦੇ ਕਰਕੇ ਕਿ ਸੂਰ ਦਾ ਬੱਚਾ ਜੋ ਵੀ ਦੁੱਧ ਪੀਏਗਾ ਜਾਂ ਜੋ ਵੀ ਖਾਏਗਾ ਤੇ ਉਹ ਆਂਤੜੀਆਂ ਦੇ ਵਿੱਚ ਜਜ਼ਬ ਨਹੀਂ ਹੋਏਗਾ ਤੇ ਇਹਦੇ ਕਰਕੇ ਕੀ ਹੋਏਗਾ ਕਿ ਪਾਣੀ ਵਰਗੀ ਤਾਰ ਮਾਰੇਗਾ ਚਿੱਟੀ ਪਾਣੀ ਵਰਗੀ ਮੋਖ ਹੋਏਗੀ ਸੋ ਦੂਜੀ ਜੋ ਦੂਜਾ ਜੋ ਵਾਇਰਸ ਆਏਗਾ ਜਿਹਦੇ ਕਰਕੇ ਕੀ ਮੋਕ ਹੁੰਦੀ ਹੈ ਉਹ ਹੈਗਾ ਜੀ ਕਰੋਨਾ ਵਾਇਰਸ ਜੋ ਕੀ ਆਮ ਤੌਰ ਤੇ ਜੋ ਬਿਮਾਰੀ ਕਰਦਾ ਹੈ ਉਹਨੂੰ ਕਹਿੰਦੇ ਆਪਾਂ ਪਾਰਸਾਈਨ ਐਪੀਡੈਮਿਕ ਡਾਇਰੀਆ ਪੀਈਡੀ ਸੋ ਇਹ ਜੋ ਵਾਇਰਸ ਆਇਗਾ ਇਹ ਵੀ ਹਫਤੇ 10 ਦਿਨ ਦੀ ਉਮਰ ਦੇ ਅੰਦਰ ਅੰਦਰ ਸੂੜ ਦੇ ਬੱਚਿਆਂ ਨੂੰ ਮੋਖ ਲਗਾਉਂਦਾ ਤੇ ਇਸ ਵਾਇਰਸ ਦੇ ਕਰਕੇ ਜੋ ਮੋਖ ਹੁੰਦੀ ਹੈ ਉਹ ਵੀ ਪਾਣੀ ਵਰਗੀ ਹੁੰਦੀ ਹੈ ਬਿਲਕੁਲ ਉਹਦੇ ਵਿੱਚ ਕੋਈ ਮੁਸ਼ਕ ਨਹੀਂ ਹੁੰਦੀ ਸੋ ਇਹ ਜੋ ਪੀਈਡੀ ਵਾਇਰਸ ਆ ਇਹਦੇ ਚ ਕੀ ਹੁੰਦਾ ਹੈ ਕਿ ਪਹਿਲੇ ਇੱਕ ਵਾਰ ਵਾਇਰਸ ਦੀ ਇਨਫੈਕਸ਼ਨ ਹੋਏਗੀ ਬੱਚਿਆਂ ਦੇ ਵਿੱਚ ਤੇ 50 ਤੋਂ 80% ਜਿਹੜੇ ਬੱਚੇ ਹੈਗੇ ਅਗਰ ਆਪਾਂ ਟਾਈਮ ਸੇ ਰਿਲਾਜ ਨਹੀਂ ਕਰਾਂਗੇ ਤੇ ਉਹਨਾਂ ਦੀ ਇਹ ਨੁਕਸਾਨੀ ਵੀ ਹੋ ਸਕਦਾ ਹੈ ਮੌਤ ਵੀ ਹੋ ਸਕਦੀ ਹੈ ਤੇ ਹਫ਼ਤੇ 10 ਦਿਨ ਤੱਕ ਜਦ ਇਹ ਚੱਲ ਚਪੇਗਾ ਉਹਦੇ ਬਾਅਦ ਜੋ ਨੁਕਸਾਨਦਾਰ ਹੈ ਉਹ ਤਕਰੀਬਨ 10% ਤੇ ਆ ਜਾਂਦੀ ਹੈ ਠੀਕ ਹੈ ਜੀ ਤੇ ਇਹ ਵਾਇਰਸ ਦੀ ਇੱਕ ਖਾਸ ਚੀਜ਼ ਇਹ ਹੈ ਕਿ ਇੱਕ ਵਾਰ ਜਦ ਸਾਡੇ ਸੂਰ ਦੇ ਬੱਚੇ ਬੱਚਿਆਂ ਨੂੰ ਅਫੈਕਟ ਕਿੰਤਾ ਮੋਕ ਲਗੀ ਚਾਰ ਪੰਜ ਬੱਚਿਆਂ ਨੂੰ ਮੋਕ ਹੋ ਗਈ ਉਹਦੇ ਬਾਅਦ ਇਹ 10 ਦਿਨਾਂ ਦੇ ਬਾਅਦ ਹਫਤੇ ਦੇ ਬਾਅਦ ਇਹ ਬਿਲਕੁਲ ਠੀਕ ਹੋ ਜਾਣਗੇ ਸੋ ਇਹ ਜੋ ਵਾਇਰਸ ਹੈ ਲੇਕਿਨ ਇਹ ਤੁਹਾਡੇ ਫਾਰਮ ਦੇ ਚੋਂ ਬਾਹਰ ਨਹੀਂ ਜਾਊਗਾ ਇਹ ਜੋ ਵਾਇਰਸ ਹੈ ਇਹ ਤੁਹਾਡੇ ਜੋ ਫੈਰੋਇੰਗ ਪੈਨ ਹਨ ਜਿੱਥੇ ਕਿ ਬੱਚੇ ਸੁੰਦੇ ਹਨ ਸੂਰੀ ਸੁੰਦੀ ਹੈ ਜਿੱਥੇ ਉੱਥੇ ਇਹ ਵਾਇਰਸ ਰਹੇਗਾ ਤੁਹਾਡੇ ਇਧਰਾਰਾਂ ਦੇ ਵਿੱਚ ਸ਼ੈਡ ਦੇ ਅੰਦਰ ਉੱਥੇ ਵਾਇਰਸ ਰਹੇਗਾ ਉਹਦੇ ਬਾਅਦ ਜਦ ਅਗਲੀ ਸੂਰੀ ਸੂਏਗੀ ਕੁਝ ਮਹੀਨਿਆਂ ਬਾਅਦ ਜਾਂ ਕੁਝ ਦਿਨਾਂ ਦੇ ਜਾਂ ਕੁਝ ਹਫਤਿਆਂ ਬਾਅਦ ਤੇ ਉਹ ਜਿਹੜੇ ਨਵੇਂ ਬੱਚੇ ਆਣਗੇ ਉਹਨਾਂ ਦੇ ਵਿੱਚ ਇਦਨੀ ਬਿਮਾਰੀ ਨੂੰ ਲੜਨ ਦੀ ਸ਼ਕਤੀ ਨਹੀਂ ਹੋਏਗੀ ਤੇ ਇਹ ਵਾਇਰਸ ਉਹਨਾਂ ਨੂੰ ਅਫੈਕਟ ਕਰੇਗਾ ਫਿਰ ਤੋਂ ਸੋ ਇਹ ਫਿਰ ਤੋਂ ਇੱਕ ਵਾਰ ਫਿਰ ਵਾਪਸ ਉਭਾਰ ਹੋਏਗਾ ਇਸ ਪੂਰੀ ਬਿਮਾਰੀ ਦਾ ਕਿ ਤੁਹਾਡੇ ਫਾਰਮ ਚ ਜਗਦਮ 20 25 ਸੂਰਾਂ ਦੇ ਬੱਚਿਆਂ ਨੂੰ ਇਹ ਮੋਖ ਦੀ ਪ੍ਰੋਬਲਮ ਵਾਪਸ ਤੋਂ ਲੱਗ ਜਾਏਗੀ ਸੋ ਇਦੇ ਬਾਅਦ ਜੋ ਤੀਜੀ ਬਿਮਾਰੀ ਹੈਗੀ ਉਹ ਹੈਗੀ ٹی ਜੀਈ ਜੋ ਜਿਹਨੂੰ ਆਪਾਂ ਕਹਿੰਦੇ ਆਂ ਟ੍ਰਾਂਸਮਿਸਿਬਲ ਗੈਸਟਰੋਐਂਟਰਾਈਟਿਸ ਇਹ ਜੋ ਵਾਇਰਸ ਹੈਗਾ ਇੱਕ ਮੋਨੋਟਿਪਿਕ ਕਰੋਨਾ ਵਾਇਰਸ ਹੈਗਾ ਤੇ ਇਹ ਜੋ ਬਿਮਾਰੀ ਹੈ ਬਹੁਤ ਘਾਤਕ ਹੈਗੀ ਸੂਰਿਆਂ ਦੇ ਬੱਚਿਆਂ ਦੇ ਲਈ ਜੇ ਇਹ ਹਫਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਬਿਮਾਰੀ ਲੱਗ ਗਈ ਟੀਜੀ ਦੀ ਇਸ ਵਾਇਰਸ ਦੇ ਕਰਕੇ ਤੇ ਤਕਰੀਬਨ 90 ਤੋਂ 100% ਹੈਗਾ ਕਿ ਉਹ ਬੱਚੇ ਮਰਣਗੇ ਬਹੁਤ ਨੁਕਸਾਨ ਹੁੰਦਾ ਇਸ ਬਿਮਾਰੀ ਦਾ ਤੇ ਜੇ ਕਿ ਤੇ ਜੇ ਇਹ ਬਿਮਾਰੀ ਹੋਰ 10 15 ਦਿਨ ਦੇ ਬਾਅਦ ਅਗਰ ਬੱਚਿਆਂ ਨੂੰ ਲੱਗੇਗੀ ਤੇ ਉਦੋਂ ਚ ਫਿਰ ਨੁਕਸਾਨਦਾਰ ਬੜੀ ਘਟ ਜਾਂਦੀ ਐ ਇੰਨੀ ਜਿਆਦਾ ਫਿਰ ਨੁਕਸਾਨ ਨਹੀਂ ਹੁੰਦਾ ਸੋ ਜੋ ਇਹ ਜੋ ਟੀਜੀ ਵਾਇਰਸ ਹੈਗਾ ਇਹਦੇ ਕਰਕੇ ਜੋ ਜੋ ਟੀਜੀ ਜੋ ਹੈ ਇਹਦੇ ਕਰਕੇ ਜੋ ਮੋਖ ਲੱਗੇਗੀ ਉਹ ਮੋਖ ਜ਼ਿਆਦਾ ਹੋਏਗੀ ਜਿੱਦਾਂ ਕਿ ਫਟਿਆ ਦਾ ਦੁੱਧ ਹੁੰਦਾ ਛਿਦੀਆਂ ਹੁੰਦੀਆਂ ਉਦਾਂ ਦੀ ਮੋਖ ਹੋਏਗੀ ਮੁਸ਼ਕ ਮਾਰਦੀ ਹੋਈ ਮੋਖ ਹੋਏਗੀ ਦੀ ਇਹ ਖਾਸੀਅਤ ਹੈਗੀ ਇਸ ਮੋਖ ਦੀ ਫਿਰ ਜੇ ਅਸੀਂ ਬੈਕਟੀਰੀਆ ਦੀ ਗੱਲ ਕਰੀਏ ਜਿਨ੍ਹਾਂ ਦੇ ਕਰਕੇ ਮੂਖ ਹੋ ਸਕਦੀ ਹੈ ਤਾਂ ਸਭ ਤੋਂ ਪਹਿਲਾ ਜੋ ਜੀਵਾਨੂ ਹੈਗਾ ਉਹ ਹੈਗਾ ਇਕੋਲਾਈ ਸੋ ਠੀਕ ਹੈ ਜੀ ਜੋ ਇਕੋਲਾਈ ਹੈਗਾ ਇਹਦੇ ਕਰਕੇ ਜੋ ਮੂਖ ਲੱਗਦੀ ਹੈ ਉਹ ਬਰਾਊਨ ਕਲਰ ਦੀ ਜਾਂ ਚਿੱਟੇ ਰੰਗ ਦੀ ਮੂਖ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਖਾਸ ਮੁਸ਼ਕਲ ਨਹੀਂ ਹੁੰਦੀ ਤੇ ਇਹ ਜੋ ਹੈ ਅੱਗੇ ਤਿੰਨ ਟਾਈਪ ਚ ਆਪਾਂ ਨੂੰ ਤਿੰਨ ਕਿਸਮਾਂ ਚ ਡਿਵਾਈਡ ਕਰ ਦਿੰਦੇ ਹਾਂ ਕੀ ਹੁੰਦਾ ਕਿ ਪਹਿਲੀ ਜੋ ਕਿਸਮ ਹੁੰਦੀ ਹੈ ਉਹਨੂੰ ਕਹਿੰਦੇ ਆਪਾਂ ਨਿਓਨੈਟਲ ਡਾਇਰੀਆ ਕਿ ਉਹ ਪਹਿਲੇ 3-4 ਦਿਨ ਦੇ ਅੰਦਰ ਜਰਮ ਦੇ 3-4 ਦਿਨ ਦੇ ਅੰਦਰ ਅੰਦਰ ਹੀ ਇਨਫੈਕਸ਼ਨ ਹੋ ਜਾਏਗੀ ਬੱਚੇ ਨੂੰ ਦੂਜਾ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਪਿਗਲਟ ਡਾਇਰੀਆ ਜੋ ਕਿ 5 ਦਿਨ ਤੋਂ ਲੈ ਕੇ ਜਦ ਤੱਕ ਦੁੱਧ ਨਹੀਂ ਛਡਾਉਂਦੇ ਸੂਰ ਦੇ ਬੱਚੇ ਦਾ ਤਬ ਤੱਕ ਇਹ ਉਹਨੂੰ ਮੋਖ ਲਗੀ ਰਹੇਗੀ ਤੇ ਜੋ ਤੀਜੀ ਕਿਸਮ ਹੈ ਉਹ ਹੋ ਗਿਆ ਪੋਸਟ ਵਿਨਿੰਗ ਡਾਇਰੀਆ ਕਿ ਜਦ ਆਪਾਂ ਦੁੱਧ ਛਡਾਤਾ 5ਵੇਂ ਹਫ਼ਤੇ ਜਾਂ 6ਵੇਂ ਹਫ਼ਤੇ ਜਾਂ 7ਵੇਂ ਹਫ਼ਤੇ ਤੱਕ ਵੀ ਕਈ ਲੋਕ ਲੈ ਕੇ ਜਾਂਦੇ ਹਨ ਤੇ ਉਹਦੇ ਬਾਅਦ ਇਹ ਵਾਇਰਸ ਅਫੈਕਟ ਕਰੇਗਾ ਤੇ ਡਾਇਰੀਆ ਲੱਗੇਗਾ ਜਿੰਨਾ ਛੋਟਾ ਬੱਚਾ ਹੋਏਗਾ ਉਨਾ ਜ਼ਿਆਦਾ ਇਸ ਬਿਮਾਰੀ ਦੇ ਨਾਲ ਨੁਕਸਾਨ ਹੋਏਗਾ ਜਿੰਨਾ ਵੱਡਾ ਬੱਚਾ ਹੋਏਗਾ ਦੁੱਧ ਛਡਾਣ ਦੇ ਬਾਅਦ ਜੋ ਡਾਇਰੀਆ ਹੋਏਗਾ ਜੋ ਮੋਖ ਲਗੇਗੀ ਉਹਦਾ ਇਹਨਾਂ ਨੁਕਸਾਨ ਨਹੀਂ ਹੋਏਗਾ ਜੀ ਸੋ ਇਹਦੇ ਬਾਅਦ ਜੋ ਦੁਜਾ ਕਲੋਸਟਰਾਈਡਮ ਪਰਫਿੰਜਸ ਠੀਕ ਹੈ ਜੀ ਸੋ ਇਹਦੇ ਚ ਨੈਕਰੋਟਿਕ ਐਂਟਰਾਈਟਿਸ ਹੁੰਦੀ ਹੈ ਇਹ ਦੋ ਕਿਸਮ ਦਾ ਹੁੰਦਾ ਕਲੋਸਟਰਾਈਡਮ ਇੱਕ ਕਲੋਸਟਰਾਈਡਮ ਏ ਹੁੰਦਾ ਇੱਕ ਕਲੋਸਟਰਾਈਡਮ ਸੀ ਹੁੰਦਾ ਜੇ ਮੋਖ ਕਲੋਸਟਰਾਈਡਮ ਏ ਦੇ ਕਰਕੇ ਲੱਗ ਰਹੀ ਹੈ ਤੇ ਉਹਦੇ ਵਿੱਚ ਪੇਸਟੀ ਮੋਕ ਹੋਏਗੀ ਕਿ ਪੇਸਟ ਵਰਗੀ ਬਿਲਕੁਲ ਮੋਕ ਹੋਏਗੀ ਲੇਕਿਨ ਜੇ ਅਗਰ ਉਹ ਕਲੋਸਟ੍ਰਾਈਡਮ ਸਿੱਧੇ ਕਰਕੇ ਆ ਤੇ ਉਹ ਬਿਲਕੁਲ ਪਾਣੀ ਵਰਗੀ ਮੋਖ ਹੋਏਗੀ ਨਾਲ ਉਦੇ ਵਿੱਚ ਖੂਨ ਵੀ ਹੋਏਗਾ ਤੇ ਮੁਸ਼ਕ ਵੀ ਹੋਏਗੀ ਤੀਜਾ ਮੁੱਖ ਕਾਰਨ ਹੈਗਾ ਸੂਰਾਂ ਦੇ ਵਿੱਚ ਮੋਖ ਦਾ ਉਹ ਹੈਗਾ ਪੈਰਾਸਾਈਟ ਜਾਂ ਜਿਹਨੂੰ ਆਪਾਂ ਕੀ ਪਰਜੀਵੀ ਰੋਗ ਵੀ ਕਹਿ ਸਕਦੇ ਆ ਸੋ ਇਹਨਾਂ ਦੇ ਵਿੱਚ ਕੋਕਸੀਡੀਓਸਿਸ ਇੱਕ ਬਹੁਤ ਹੀ ਆਮ ਬਿਮਾਰੀ ਹੈਗੀ ਆਮ ਰੋਗ ਹੈਗਾ ਜਿਹਦੇ ਕਰਕੇ ਕੀ ਸੂਰਾਂ ਦੇ ਵਿੱਚ ਮੋਖ ਦੇਖੀ ਜਾਂਦੀ ਹੈ ਸੋ ਇਹ ਕੋਕਸੀਡੀਓਸਿਸ ਦੇ ਕਰਕੇ ਜੋ ਸੂਰਾਂ ਦੇ ਵਿੱਚ ਮੋਖ ਹੋਏਗੀ ਉਹ ਚਿੱਟੇ ਪਾਣੀ ਵਰਗੀ ਹੋਏਗੀ ਅਤੇ ਇਹਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੋਏਗੀ ਸੋ ਇਹ ਜੋ ਕੋਕਸੀਡੀਓਸਿਸ ਹੈ ਇਹ ਇਹਦਾ ਫੈਲਣ ਦਾ ਦਰ ਬਹੁਤ ਜ਼ਿਆਦਾ ਕਿ ਅਗਰ ਇਹ ਇੱਕ ਬੱਚੇ ਨੂੰ ਹੋਈ ਹੈ ਜਾਂ ਇੱਕ ਛੱਡੀ ਚ ਹੋਈ ਹੈ ਤੇ ਜੇ ਅਸੀਂ ਸਾਫ ਸਫਾਈ ਨਹੀਂ ਰੱਖੀ ਤੇ ਇਹ ਦੂਜੇ ਵਾਲੇ ਨੂੰ ਦੂਵੇ ਦੂਜੇ ਬੱਚੇ ਨੂੰ ਦੂਜੇ ਤੋਂ ਤੀਜੇ ਬੱਚੇ ਨੂੰ ਵੀ ਬੜੀ ਜਲਦੀ ਫੈਲਦੀ ਹੈ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਸੂਰਾਂ ਦੇ ਵਿੱਚ ਮੋਕ ਦੇ ਕੀ ਕੀ ਕਾਰਨ ਨੇ ਤੇ ਕੀ ਕੀ ਉਹਨਾਂ ਦੇ ਲੱਛਣ ਹੋ ਸਕਦੇ ਨੇ ਹੁਣ ਇਸ ਉੱਪਰ ਵੀ ਚਾਹਨਾ ਪਾਓ ਵੀ ਸੂਰ ਪਾਲਕ ਵੀਰ ਇਸ ਤੋਂ ਕਿਦਾਂ ਬਚਾ ਕਰ ਸਕਦੇ ਸੋ ਡਾਕਟਰ ਸਾਹਿਬ ਇੱਕ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕਿ ਅਸੀਂ ਇਹਦੀ ਰੋਕਥਾਮ ਕਿਦਾਂ ਕਰ ਸਕਦੇ ਆ ਸੋ ਅਸੀਂ ਇਹ ਮੰਨਦੇ ਆ ਸਾਇੰਸ ਸਾਡੀ ਇਹ ਮੰਨਦੀ ਹੈ ਕਿ ਇਲਾਜ ਤੋਂ ਜ਼ਿਆਦਾ ਵਧੀਆ ਚੀਜ਼ ਹੈ ਕਿ ਆਪਾਂ ਉਹਦੀ ਰੋਕਥਾਮ ਕਰ ਲਈਏ ਉਹਨੂੰ ਬਿਮਾਰੀ ਨੂੰ ਹੋਣ ਹੀ ਨਾ ਦਈਏ ਸੋ ਜਿੱਦਾਂ ਕਿ ਇਹ ਦਰਸਾਉਂਦਾ ਹੈ ਕਿ ਜਿੰਨੀ ਵੀ ਮੋਖ ਦੇ ਕਾਰਨ ਹੈਗੇ ਜਾਂ ਤੇ ਇਹ ਜੀਵਾਨੂ ਹੈਗੇ ਆ ਵਿਸ਼ਾਨੂ ਹੈਗੇ ਸੋ ਇਹ ਸਾਰੇ ਤਾਂ ਹੀ ਫੈਲਦੇ ਹਨ ਜੋ ਇਹਦਾ ਮੁੱਖ ਕਾਰਨ ਹੈ ਉਹ ਇਹ ਹੈ ਕਿ ਸਾਡੇ ਫਾਰਮ ਦੇ ਅੰਦਰ ਸਾਫ ਸਫਾਈ ਪ੍ਰੋਪਰ ਨਹੀਂ ਹੈਗੀ ਜੇ ਅਸੀਂ ਆਪਣੇ ਸ਼ੈੱਡ ਦੇ ਅੰਦਰ ਫਾਰਮ ਦੇ ਅੰਦਰ ਪ੍ਰੋਪਰ ਸਾਫ ਸਫਾਈ ਰੱਖਾਂਗੇ ਸੋ ਉਸ ਜਗਾਹ ਤੇ ਇਹ ਜੋ ਬਿਮਾਰੀਆਂ ਹੈਗੀਆਂ ਇਹ ਹੋਣ ਦੇ ਚਾਂਸਸ ਬਹੁਤ ਘਟ ਜਾਂਦੇ ਹਨ ਸੋ ਸਭ ਤੋਂ ਪਹਿਲੀ ਚੀਜ਼ ਜੋ ਹੈ ਕਿ ਅਸੀਂ ਆਪਣੇ ਛੱਡ ਦੀ ਸਾਫ਼ ਸਫਾਈ ਰੱਖਣੀ ਹੈ ਆਪਾਂ ਮਲ ਪੂਤਰ ਟਾਈਮ ਸਿਰ ਚੱਕਣਾ ਹੈ ਤੇ ਉਹਦੀ ਢੇਰੀਆਂ ਨਹੀਂ ਲਾਣੀਆਂ ਛੱਡ ਦੇ ਅੰਦਰ ਦੂਜੀ ਚੀਜ਼ ਜਿੰਨੇ ਵੀ ਪਾਣੀ ਪੀਣ ਵਾਲੇ ਸਾਡੇ ਸਾਧਨ ਹੈਗੇ ਉਹ ਪੂਰੇ ਸਾਫ਼ ਹੋਣੇ ਚਾਹੀਦੇ ਹਨ ਤੇ ਸੂਰਾ ਨੂੰ 24 ਘੰਟੇ ਪਾਣੀ ਪੀਣ ਦੇ ਲਈ ਸਾਫ ਪਾਣੀ ਹੋਣਾ ਚਾਹੀਦਾ ਹੈ ਜੀ ਫੀਡ ਫੀਡ ਨੂੰ ਜਮਾ ਕਰਕੇ ਜ਼ਿਆਦਾ ਨਹੀਂ ਰੱਖਣਾ ਤੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਦੇ ਅੰਦਰ ਫੀਡ ਦੇ ਅੰਦਰ ਉੱਲੀ ਖਾਸ ਕਰਕੇ ਬਰਸਾਤੀ ਮੌਸਮ ਵਿੱਚ ਨਾ ਲੱਗੇ ਜੋ ਸੂਰ ਪਾਲਕ ਬੜੀ ਵਾਰ ਹੁੰਦਾ ਹੈ ਕਿ ਰੈਕ ਖੁੰਦ ਵੀ ਖਿਲਾਉਂਦੇ ਹਨ ਸੂਰਾਂ ਨੂੰ ਸੋ ਇਹ ਜੋ ਰੈਕ ਖੁੰਦ ਹੈ ਇਹਦੇ ਅੰਦਰ ਵੀ ਵਾਇਰਸ ਤੇ ਬੈਕਟੀਰੀਆ ਹੋ ਸਕਦੇ ਹਨ ਸੋ ਇਹਦੇ ਕਰਕੇ ਵੀ ਸੂਰਾਂ ਦੇ ਵਿੱਚ ਮੋਕ ਲੱਗ ਸਕਦੀ ਹੈ ਜੀ ਇਹਦੇ ਬਾਅਦ ਇੱਕ ਮੁੱਖ ਕਾਰਨ ਹੈ ਕੀ ਸੂਰਾਂ ਦੇ ਵਿੱਚ ਤਣਾਅ ਜਿੱਦੇ ਕਰਕੇ ਕੀ ਜਤਨਾ ਹੋਏਗਾ ਤੇ ਇਹ ਲੜਨ ਦੀ ਸ਼ਕਤੀ ਜੋ ਸੂਰ ਦੀ ਸ਼ਰੀਰਿਕ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਜਿਹਨੂੰ ਇਮਿਊਨਿਟੀ ਵੀ ਕਹਿ ਦਿੰਦੇ ਆ ਸੋ ਇਹ ਘਟੇਗੀ ਸੋ ਤਣਾਅ ਦਾ ਜੋ ਮੁੱਖ ਕਾਰਨ ਹੈਗਾ ਉਹ ਹੈਗਾ ਕਿ ਓਵਰ ਕਰਾਉਡਿੰਗ ਕੀ ਆਪਾਂ ਭੀੜ ਜ਼ਿਆਦਾ ਕਰ ਲਈ ਜੇ ਸਾਡੇ ਛੜ ਦੇ ਅੰਦਰ ਸਿਰਫ 8 ਜਾਂ 10 ਸੂਰ ਰੱਖਣ ਦੀ ਜਗ੍ਹਾਾਂ ਸੀ ਤੇ ਆਪਾਂ ਉੱਥੇ 15 ਜਾਂ 20 ਸੂਰ ਰੱਖਤੇ ਸੋ ਇਸ ਜੀ ਦਾ ਧਿਆਨ ਰੱਖਣਾ ਹੈ ਕਿ ਆਪਾਂ ਓਵਰ ਕਰਾਉਡਿੰਗ ਨਹੀਂ ਕਰਨੀ ਭੀੜ ਨਹੀਂ ਇਕੱਠੀ ਕਰਨੀ ਤੋ ਇਸ ਦੇ ਇਲਾਵਾ ਜੋ ਇੱਕ ਬਹੁਤ ਵੱਡਾ ਤੇ ਪ੍ਰਮੁੱਖ ਕਾਰਨ ਹੈ ਮੋਖ ਦਾ ਉਹ ਇਹ ਹੈ ਕਿ ਸੂਰ ਦਾ ਬੱਚਾ ਜਮਨ ਜਮਨ ਦੇ ਬਾਦ ਬੋਲੀ ਨਹੀਂ ਲੇਸਪਾ ਪ੍ਰੋਪਰ ਇਹਦਾ ਹੁੰਦਾ ਹੈ ਕਿ ਜੇ 8 ਜਾਂ 10 ਬੱਚੇ ਹੋਏ ਸੂਰੀ ਨੂੰ ਤੇ ਜਿਹੜੇ ਆਖਰੀ ਦੇ 2 ਜਾਂ 3 ਬੱਚੇ ਹੁੰਦੇ ਹਨ ਉਹ ਹਮੇਸ਼ਾ ਕਮਜ਼ੋਰ ਹੁੰਦੇ ਹਨ ਸੋ ਉਹ ਜੋ ਬੱਚੇ ਹੁੰਦੇ ਹਨ ਉਹ ਦੁੱਧ ਚੁੰਗਣ ਤੱਕ ਨਹੀਂ ਵਿੰ ਜਾ ਸਕਦੇ ਸੂਰੀ ਤੱਕ ਤੇ ਯਾ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪ ਉਹਨਾਂ ਨੂੰ ਸੂਰੀ ਦੇ ਥੰਨਾਂ ਤੱਕ ਲੈ ਕੇ ਜਾਇਆ ਜਾਏ ਤੇ ਇਹ ਚੀਜ਼ ਲਾਜ਼ਮੀ ਬਣਾਈ ਜਾਏ ਕਿ ਉਹ ਜੋ ਦੁੱਧ ਬੋਲੀ ਹੈਗੀ ਪਹਿਲਾ ਦੁੱਧ ਹੈਗਾ ਉਹ ਜ਼ਰੂਰ ਪੀਣ ਕਿਉਂਕਿ ਇਹ ਜੋ ਬੋਲੀ ਹੈਗੀ ਇਹਦੇ ਅੰਦਰ ਹੀ ਸਾਰੇ ਤੱਤ ਹੈਗੇ ਜਿਦਾਂ ਦੇ ਕਰਕੇ ਇਹ ਜਿੰਨੇ ਵੀ ਵਾਇਰ ਇਸ ਤੇ ਬੈਕਟੀਰੀਆ ਹੈਗੇ ਜਿਨ੍ਹਾਂ ਦੇ ਕਰਕੇ ਮੋਖ ਲੱਗਦੀ ਹੈ ਉਹਨਾਂ ਤੋਂ ਲੜਨ ਦੀ ਸੂਰ ਦੇ ਬੱਚੇ ਨੂੰ ਸ਼ਕਤੀ ਮਿਲਦੀ ਹੈ ਜੀ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਨੂੰ ਉਮੀਦ ਹੈ ਜਿਹੜੇ ਸਾਡੇ ਸੂਰ ਪਾਲਕ ਵੀਰ ਨੇ ਇਸ ਜਾਣਕਾਰੀ ਦਾ ਭਰਪੂਰ ਲਾਹਾ ਲੈਣਗੇ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ ਡਾਕਟਰ ਸਾਹਿਬ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਸਿੱਕਾ ਪਸ਼ੂ ਪਾਲਣ ਸੁਨੇਹੇ ਦੇ ਦੂਸਰੇ ਭਾਗ ਨਵੇਕਲੀਆਂ ਪੜਾਂ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਦਰਸ਼ਕ ਜਾਣਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਸ਼ੂ ਪਾਲਣ ਸੰਬੰਧੀ ਨਵੀਆਂ ਖੋਜਾਂ ਤੇ ਕਾਢਾਂ ਬਾਰੇ ਗੱਲ ਕਰਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੇ ਸੂਰਾਂ ਲਈ ਸਪੈਸ਼ਲ ਧਾਤਾਂ ਦੇ ਚੂਰੇ ਬਾਰੇ ਸੋ ਗੱਲਬਾਤ ਕਰਨ ਲਈ ਹਾਜ਼ਰ ਨੇ ਡਾਕਟਰ ਉਦੇਬੀਰ ਸਿੰਘ ਜੀ ਚਹਿਲ ਮੁਖੀ ਪਸ਼ੂ ਆਹਾਰ ਉਪਾਗ ਗੁਰੂ ਅੰਗਰ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਦਨੈਵਰ ਡਾਕਟਰ ਜਸਪਿੰਦਰ ਸੂਰ ਪਾਲਨ ਦੇ ਕਿੱਤੇ ਵਿੱਚ ਖੁਰਾਕ ਦਾ ਬਹੁਤ ਅਹਿਮ ਰੋਲ ਹੁੰਦਾ ਹੈ। ਜੇ ਖੁਰਾਕ ਵਧੀਆ ਹੋਵੇ ਤਾਂ ਸੂਰ ਪਾਲਨ ਦਾ ਕੀਤਾ ਸੂਰ ਪਾਲਕਾਂ ਨੂੰ ਬਹੁਤ ਵਧੀਆ ਮੁਨਾਫਾ ਦਿੰਦਾ ਹੈ। ਇਸੇ ਹੀ ਵਿਸ਼ੇ ਤੇ ਯੂਨੀਵਰਸਿਟੀ ਨੇ ਇੱਕ ਸੂਰਾਂ ਲਈ ਸਪੈਸ਼ਲ ਧਾਤਾਂ ਦਾ ਚੂਰਾ ਤਿਆਰ ਕੀਤਾ ਹੈ। ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਇਹ ਜਿਹੜਾ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਧਾਤਾਂ ਦਾ ਚੂਰਾ ਹੈ ਸੂਰਾਂ ਦੇ ਲਈ ਇਸ ਦੀ ਕੀ ਖਾਸੀਅਤ ਹੈ? ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਧਾਤਾਂ ਨੇ ਤੇ ਇਹਦੇ ਜਿਹੜੇ ਸੂਰਾਂ ਨੂੰ ਪਾਉਣ ਦੇ ਕੀ ਕੀ ਲਾਭ ਹੋ ਸਕਦੇ ਨੇ ਦਾ ਸਰ ਜਿਵੇਂ ਕਿ ਆਪ ਜਾਣਦੇ ਹਾਂ ਕਿ ਯੂਨੀਵਰਸਿਟੀ ਨੇ 2016 16 ਵਿੱਚ ਇੱਕ ਉਪਰਾਲਾ ਕੀਤਾ ਸੀ ਕਿ ਪਸ਼ੂਆਂ ਲਈ ਜਾਂ ਸੂਰਾਂ ਲਈ ਇੱਕ ਸਪੈਸੀਫਿਕ ਮਿਨਰਲ ਮਿਕਸਰ ਬਣਾਇਆ ਜਾਵੇ ਜੀ ਉਸਕੇ ਤਹਿਤ ਯੂਨੀਵਰਸਿਟੀ ਨੇ ਭਾਰਤ ਮੇ ਪਹਿਲੀ ਵਾਰ ਪਿਗ ਸਪੈਸੀਫਿਕ ਮਿਨਰਲ ਮਿਕਸਰ ਤਿਆਰ ਕੀਤਾ ਜੀ ਇਸ ਮਿਨਰਲ ਮਿਕਸਰ ਕੀ ਖਾਸੀਅਤ ਇਹ ਹੈ ਕਿ ਇਸ ਮੇ ਸਾਤ ਜੋ ਖਣਿਜ ਲਵਣ ਹੈ ਉਹ ਉਚਿਤ ਮਾਤਰਾ ਮੇ ਮਿਲਾਏ ਗਏ ਹੈ ਜੈਸੇ ਕੈਲਸ਼ੀਅਮ ਔਰ ਫਾਸਫੋਰਸ ਕੋਪਰ जिंक मैग्नीज आयोडीन और सबसे ज्यादा जरूरी आयरन जिम्मे कि आप जानते हैं सूरा ले आयरन बहुत ज्यादा लोड रहती है इनकी भार को देखते हुए इसलिए ये पिक स्पेसिफिक मिनरल मिक्सर यूनिवर्सिटी ने तैयार किया है जी। इसके फायदे जैसे आपने पूछा इसमें कोई शकनी की पिगरी की भार वर्दी बहुत ज्यादा होती है एक अच्छी नस्ल का पशु लगभग 100 किलो वजन ग्रैन कर लेता है लगभग 6 महीने में तो वो तभी संभव है जब हम उचित मात्रा में संतुलित खुराक के साथ-साथ खनिज लवण भी प्रोवाइड करेंगे तो जमे आप जानदे हैं कि ये यदि मिनरल मिक्सचरों में डाला जाए तो उनके लिए उचित भार वृद्धि आसानी से प्राप्त की जा सकती है जिससे कि सूर पालक उचित मात्रा में लाभ अर्जित कर सकते हैं डॉक्टर साहब ये भी दसो कि इस नो सूर पालक वीर किस तरह बरत सकदे हैं दांतों का दा चूरा खिलाने के दो ही तरीके हैं एक तो आप सीधे खुराक दो प्रतिशत के हिसाब से मिला सकते हैं जी दूसरा तरीका ये कि उसकी भार वर्दी के अनुसार 50 से 100 ग्राम मिनरल मिक्सर प्रतिदिन भी खिलाया जा सकता है जी। कि 50 किलो तक के सूर हेंगे उन्होंने 50 ग्राम मिनरल मिक्सर प्रतिदिन अलग से दे सकते हैं जी और जो बड़े सूर हेंगे या दूध देने वाली सूरिया हैगी उनको सौ ग्राम मिनरल मिक्सर अलग से पेड़ा बना के या उनकी खुराक में डालकर भी खिलाया जा सकता है जी डॉक्टर साहब जानकारी सानकारी दूर धातान है खनिज लवन यूनिवर्सिटी के एनिमल न्यूट्रिशन विभाग एवं किसान सूचना केंद्र से किसी भी वर्किंग दिन से खरीदा जा सकता है और इसका जैसे आपने पूछा कि इसका भाव क्या है तो बिल्कुल यूनिवर्सिटी ने वाजिब भाव नब्बे रूपए किलो के हिसाब से इसका भाव है जो कि 10 किलो की पैकिंग में यूनिवर्सिटी से मिलता है ਕਿਸਾਨ ਭਾਈ ਇਸ ਕੋ ਆਪਣੇ ਨਜ਼ਦੀਕੀ ਖੇਤੀ ਵਿਗਿਆਨ ਕੇਂਦਰ ਸੇ ਵੀ ਪ੍ਰਾਪਤ ਕਰ ਸਕਤੇ ਹੈ ਲੇਕਿਨ ਵਹਾਂ ਪੇ ਪਹਿਲੇ ਇਸ ਕੀ ਉਪਲਬਧਤਾ ਕੋ ਪਤਾ ਕਰਨਾ ਪੜੇਗਾ ਜੇਦੀ ਕਿਸਾਨ ਭਾਈ ਵਹਾਂ ਪੇ ਵੀ ਆਪਣੇ ਰਿਕੁਆਇਰਮੈਂਟ ਦੇ ਦਿੱਤੇ ਹੈ ਤੋ ਵੀ ਵਹਾਂ ਪੇ ਇਸ ਕੋ ਪਹੁੰਚਾਇਆ ਜਾ ਸਕਤਾ ਹੈ ਬਹੁਤ ਬਹੁਤ ਧੰਨਵਾਦ ਦਰਸ਼ਕ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਉਮੀਦ ਹੈ ਵੀ ਜਿਹੜੇ ਸਾਡੇ ਸੂਰ ਪਾਲਕ ਵੀਰ ਹੈ ਉਸ ਤਾਤਾਂ ਦੇ ਚੂਰੇ ਨੂੰ ਪਸ਼ੂ ਖੁਰਾਕ ਜਾਂ ਸੂਰਾਂ ਦੀ ਖੁਰਾਕ ਵਿੱਚ ਵਰਤ ਕੇ ਖੂਬ ਲਾਹਾ ਲੈਣਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਡਾਕਟਰ ਜਸ਼ਨ